ਹਾਂਜੀ ਕੀ ਨਾਮ ਹੈ ਵੀਰ ਜੀ ਆਪਣਾ? ਜੈ ਸ਼੍ਰੀ ਰਾਮ ਜੀ, ਮੈਂ ਰਮਨ ਵੜੇਰਾ, ਸ਼ਿਵ ਸੈਨਾ ਪੰਜਾਬ ਪ੍ਰਧਾਨ, ਅਤੇ ਮੇਰਾ ਫਾਇਨੈਂਸ ਦਾ ਵਪਾਰ ਆ, ਅਤੇ ਮੈਂ ਅੱਜ ਦੀਪਕ ਭਾਰਤਵਾਜ ਜੀ ਨੂੰ ਜੋ ਕਿ ਵਪਾਰ ਮੰਡਲ ਦੇ ਪ੍ਰਧਾਨ ਨਿਯੁਕਤ ਕੀਤੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸਾਡੀ ਸਾਰੀ ਪਾਰਟੀ, ਰਾਜਨੀਤਿਕ ਪਾਰਟੀ, ਧਾਰਮਿਕ ਸੰਸਥਾਵਾਂ ਅਤੇ ਮੇਰਾ ਵਪਾਰ, ਸਾਰੀ ਅਸੀਂ ਸਹਿਮਤ ਹਾਂ ਦੀਪਕ ਜੀ ਨੂੰ ਪ੍ਰਧਾਨਗੀ ਬਣਾ। ਜੈ ਸ਼੍ਰੀ ਰਾਮ। ਹਾਂਜੀ ਵੀਰ ਜੀ ਕੀ ਨਾਮ ਹੈ ਜੀ? ਵਿੱਕੀ ਰਾਣਾ ਮੇਰਾ ਨਾਮ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਵਪਾਰ ਮੰਡਲ ਦੀ ਮੀਟਿੰਗ ਰੱਖੀ ਗਈ ਸੀ ਜਿਹੜੀ ਹੈ। ਮੈਂ ਮੋਬਾਈਲ ਐਸੋਸੀਏਸ਼ਨ ਪੰਜਾਬ ਮੋਬਾਈਲ ਹੱਬ ਦਾ ਓਨਰ ਹਾਂ, ਅਤੇ ਸਨੀ ਜੀ, ਸਨੀ ਸਾਡੇ ਪ੍ਰਧਾਨ ਜੀ, ਇਹਨਾਂ ਦੀ ਰਹਿਨੁਮਾਈ ਹੇਠ ਅਸੀਂ ਸਾਰਾ ਇੱਥੇ ਇਕੱਠ ਕੀਤਾ ਅੱਜ ਵਪਾਰ ਮੰਡਲ ਦਾ, ਜੋ ਕਿ ਚਰਚਾ ਚੱਲ ਰਹੀ ਸੀ ਕਿੰਨੇ ਦਿਨਾਂ ਤੋਂ ਜਿਹੜੀ ਇਹ ਵਪਾਰ ਮੰਡਲ ਦੇ ਪ੍ਰਤੀ ਕਿ ਪ੍ਰਧਾਨਗੀ ਨੂੰ ਲੈ ਕੇ ਜਿਹੜੀ ਚੱਲ ਰਹੀ ਸੀ ਚਰਚਾ। ਅਤੇ ਦੀਪਕ ਰਾਏ ਜੀ ਜੋ ਸਾਡੇ ਵਪਾਰ ਮੰਡਲ ਦੇ ਪਹਿਲਾਂ ਵੀ ਪ੍ਰਧਾਨ ਸੀ, ਅਤੇ ਅੱਜ ਵੀ ਅਸੀਂ ਇਹਨਾਂ ਨੂੰ ਦੁਬਾਰਾ ਅਸੀਂ ਪ੍ਰਧਾਨਗੀ ਨਿਯੁਕਤ ਕੀਤੀ ਹੈ। ਸਾਡਾ ਸਾਰਾ ਵਪਾਰ ਮੰਡਲ ਪ੍ਰਧਾਨਗੀ ਇਹਨਾਂ ਦੀ ਜਾਨੀ ਰਹਿਨੁਮਾਈ ਦੇ ਹੇਠ ਜਿਹੜਾ ਹੈ, ਅਸੀਂ ਇਹਨਾਂ ਨੂੰ ਸਮਰਥਨ ਕਰਦੇ ਹਾਂ, ਅਤੇ ਸਾਡੀ ਮੋਬਾਈਲ ਐਸੋਸੀਏਸ਼ਨ ਸਨੀ ਪ੍ਰਧਾਨ ਦੀ ਰਹਿਨੁਮਾਈ ਦੇ ਹੇਠ ਅਸੀਂ ਇਹਨਾਂ ਨੂੰ ਸਮਰਥਨ ਦਿੰਦੇ ਹਾਂ। ਸਾਡੀ ਸਾਰੀ ਐਸੋਸੀਏਸ਼ਨ ਵਪਾਰ ਮੰਡਲ ਨੂੰ ਸਮਰਥਨ ਦਿੰਦੇ ਹਾਂ। ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ? ਮੇਰਾ ਪਵਨ ਸੋਤਾ, ਪ੍ਰਧਾਨ ਭਾਵਾ ਦਾਸ ਸਮਰਾਲਾ ਜੀ। ਜੋ ਅੱਜ ਮੀਟਿੰਗ ਹੋਈ ਆ, ਇਸਦਾ ਏਜੰਡਾ ਅਤੇ ਆਪਣਾ ਕੀ ਅੱਜ ਦੀ ਰਾਏ ਇਸ ਮੀਟਿੰਗ ਬਾਰੇ? ਸਾਡੀ ਰਾਏ ਇਹ ਸੀ ਜੀ, ਅੱਜ ਜਿਵੇਂ ਕਿ ਦੀਪਕ ਰਾਏ ਜੀ ਨੇ ਜੀ, ਇਹਨਾਂ ਨੂੰ ਅਸੀਂ ਸਾਰਿਆਂ ਨੇ 16 ਸੰਮਤੀ ਨਾਲ ਅਸੀਂ ਪ੍ਰਧਾਨ ਬਣਾਇਆ ਜੀ। ਸਾਡਾ ਭਾਰਤੀ ਵਾਲਮੀਕਿ ਧਰਮ ਸਮਾਜ ਦਾ ਵੀ ਇਹਨਾਂ ਨੂੰ ਪੂਰਾ ਸਹਿਯੋਗ ਆ, ਅਤੇ ਸ਼ਿਵ ਸੈਨਾ ਦਾ, ਅਤੇ ਅਸੀਂ ਸ਼ਹਿਰ ਵਾਸੀਆਂ ਦਾ, ਸਾਰਾ ਵਪਾਰ ਮੰਡਲ ਇਹਨਾਂ ਦੇ ਨਾਲ ਆ ਸੀ ਜੀ। ਕੁਛ ਸ਼ਰਾਰਤੀ ਅੰਸਰਾਂ ਨੇ ਪਿਛਲੇ ਦਿਨ ਕੁਛ ਇੱਦਾਂ ਦੀਆਂ ਗੱਲਾਂ ਕਹੀਆਂ ਨੇ, ਉਹ ਬਾਜ਼ਾਰ ਦੇ ਵਿੱਚ ਖਲਬੜੀ ਮੱਚੀ ਪਈ ਸੀ ਵੀ ਦੀਪਕ ਜੀ ਨੂੰ ਪ੍ਰਧਾਨ ਹੈ ਨਹੀਂ ਕਿ ਨਹੀਂ ਹੈਗੇ। ਉਸ ਕਰਕੇ ਅਸੀਂ ਦੁਬਾਰਾ ਮੀਟਿੰਗ ਰੱਖ ਕੇ ਦੀਪਕ ਜੀ ਨੂੰ ਦੁਬਾਰਾ ਪ੍ਰਧਾਨ ਨਿਯੁਕਤ ਕੀਤਾ ਸ਼ਹਿਰ ਦਾ ਜੀ। ਮੈਂ ਸਨੀ ਦੂਆ, ਪ੍ਰਧਾਨ ਟੈਲੀਕੋਮ ਐਸੋਸੀਏਸ਼ਨ ਸਮਰਾਲਾ। ਅੱਜ ਜੋ ਇਹ ਮੀਟਿੰਗ ਹੋਈ ਹੈ, ਇਹ ਮੀਟਿੰਗ ਦੀਪਕ ਭਾਰਦਵਾਜ ਨੂੰ, ਜੋ ਕਿ ਪਹਿਲਾਂ ਵੀ ਪਿਛਲੇ 4 ਸਾਲਾਂ ਤੋਂ ਸਾਡੇ ਸ਼ਹਿਰ ਦੀ ਸੇਵਾ ਕਰਦਾ ਸੀ, ਉਸ ਨੂੰ ਅੱਜ ਫਿਰ ਸਾਰੇ ਹੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ, ਹਰੇਕ ਟਰੇਡ, ਕਨਫੈਕਸ਼ਨਰੀ, ਕਰਿਆਨਾ, ਮੋਬਾਈਲ ਐਸੋਸੀਏਸ਼ਨ, ਕੋਈ ਵੀ ਕੋਈ ਆਪਣਾ ਕੱਪੜੇ ਵਾਲੇ ਹੋ ਗਏ, ਜਿੰਨੀਆਂ ਵੀ ਸਾਡੀਆਂ ਇੱਥੇ ਟਰੇਡ ਬਣੀਆਂ ਨੇ, ਉਹਨਾਂ ਦੇ ਸਾਰੇ ਨੁਮਾਇੰਦੇ ਬੁਲਾ ਕੇ ਸਾਰਿਆਂ ਦੀ ਹਾਜ਼ਰੀ ਵਿੱਚ ਅੱਜ ਅਸੀਂ ਫਿਰ ਦੀਪਕ ਜੀ ਨੂੰ ਇਹ ਦੁਬਾਰਾ ਜ਼ਿੰਮੇਵਾਰੀ ਦਿੱਤੀ ਹੈ। ਇਹ ਜ਼ਿੰਮੇਵਾਰੀ ਤਾਂ ਦਿੱਤੀ ਹੈ ਕਿਉਂਕਿ ਪਿਛਲੇ 4 ਸਾਲਾਂ ਤੋਂ ਜੋ ਵੀ ਕਿਸੇ ਦੁਕਾਨਦਾਰ ਭਾਈ ਨੂੰ ਕੋਈ ਦੁੱਖ ਹੁੰਦਾ, ਕੋਈ ਸੁੱਖ ਹੁੰਦਾ, ਇਹ ਸਾਰਿਆਂ ਦੇ ਦੁੱਖ ਸੁੱਖ 'ਚ ਹਾਜ਼ਰ ਹੁੰਦੇ ਨੇ। ਸਾਰੇ ਦੁਕਾਨਦਾਰ ਭਾਈ ਇਹਨਾਂ ਤੋਂ ਸਹਿਮਤ ਨੇ। ਕੁਛ ਕੱਲ੍ਹ ਜੋ ਸਾਨੂੰ ਪਤਾ ਲੱਗਿਆ ਸ਼ਹਿਰ 'ਚ, ਕੁਛ ਸ਼ਰਾਰਤੀ ਅੰਸਰ ਜੋ 10 ਕੁ ਬੰਦੇ ਹੀ ਇਕੱਠੇ ਕਰਕੇ 2-3 ਟਰੇਡਾਂ ਕਰਕੇ ਇਹਨਾਂ ਨੂੰ ਆਪਣੇ ਵੱਲੋਂ ਉਹਨਾਂ ਨੂੰ ਲਾਉਣ ਨੂੰ ਫਿਰਦੇ ਨੇ, ਅਸੀਂ ਉਹਨਾਂ ਨਾਲ ਬਿਲਕੁਲ ਸਹਿਮਤ ਨਹੀਂ। ਸਾਡਾ ਪੂਰਾ ਸਾਰਾ ਸ਼ਹਿਰ ਸਮਰਾਲਾ, ਸਾਰੀਆਂ ਟਰੇਡ ਦੀਪਕ ਭਾਰਦਵਾਜ ਦੇ ਨਾਲ ਨੇ। ਅਸੀਂ ਅੱਜ ਸਾਰਿਆਂ ਦੀ, ਸਾਰੇ ਵੱਡਿਆਂ ਦੀ, ਸਾਰਿਆਂ ਦੇ ਸਹਿਯੋਗ ਨਾਲ ਅੱਜ ਫਿਰ ਅਸੀਂ ਦੀਪਕ ਭਾਰਦਵਾਜ ਨੂੰ, ਇਹਨਾਂ ਨੂੰ ਪ੍ਰਧਾਨ ਚੁਣਿਆ। ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਹਾਂਜੀ, ਮੈਂ ਦੀਪਕ ਰਾਏ, ਆਪਣੇ ਸਾਰੇ ਸ਼ਹਿਰ ਵਾਸੀਆਂ ਦਾ, ਜਿਨ੍ਹਾਂ ਨੇ ਅੱਜ ਇਕੱਠੇ ਹੋ ਕੇ ਮੈਨੂੰ ਦੁਬਾਰਾ ਫਿਰ ਮਤਲਬ ਕਿ ਪ੍ਰਧਾਨਗੀ ਦੇ ਲਈ ਅੱਜ ਫਿਰ ਚੋਣ ਕਰ ਦਿੱਤੀ ਹੈ, ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਮੈਨੂੰ ਇਹਨਾਂ ਸਾਰਿਆਂ ਨੇ ਪਿਆਰ ਦਿੱਤਾ ਕਿ ਜੋ ਪਹਿਲਾਂ ਆਪਣੀ ਜੋ ਸੇਵਾ ਨਿਭਾਈਆਂ, ਚਲੋ ਕਈ ਵਾਰ ਕੋਈ ਗਲਤੀਆਂ ਵੀ ਹੋ ਜਾਂਦੀਆਂ ਨੇ, ਮੈਂ ਉਹਨਾਂ ਤੋਂ ਮਾਫ਼ੀ ਚਾਹੁੰਦਾ। ਫਿਰ ਵੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ ਕਿ ਅੱਗੇ ਤੋਂ ਪੂਰੀ ਤਨ ਮਨ ਧਨ ਨਾਲ ਸੇਵਾ ਕਰਾਂ। ਥੈਂਕ ਯੂ। ਭੂਸ਼ਣ ਬੰਸਲ ਦੀ ਖਾਸ ਰਿਪੋਰਟ।